ਸਤਿਗੁਰ ਨਦਰ ਕਰੇ
ਗੁਰੂ ਲ
ਸਤਿਗੁਰੁ ਨਦਰ ਕਰੇ ਸਤਿਗੁਰੁ ਨਦਰ ਕਰੇ ਜੇ ਸਤਿਗੁਰੁ ਨਦਰ ਕਰੇ ਲੱਖ ਖੁਸ਼ੀਆਂ ਪਾਤ ਸ਼ਾਹੀਆ ਜੇ ਸਤਿਗੁਰੁ ਨਦਰ ਕਰੇ ਸਤਿਗੁਰੁ ਨਦਰ ਕਰੇ ਸਤਿਗੁਰੁ ਨਦਰ ਕਰੇ ਸੋ ਸਤਿਗੁਰੁ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰੁ ਪਿਆਰਾ ਸੋ ਸਤਿਗੁਰੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਸਮੂਹ ਸੇਵਕ ਪਰਿਵਾਰ ਨੂੰ ਸਤਿਗੁਰ ਨੇ ਬਖਸ਼ਿਸ਼ਾਂ ਕੀਤੀਆਂ। ਗੁਰਮੁਖ ਪਿਆਰੇ ਦਾ ਜਤਿੰਦਰਪਾਲ ਸਿੰਘ ਜੀ ਜੋ ਆਪਣੀ ਬੇਟੀ ਮਨਰੀਤ ਕੌਰ ਜੀ ਅਤੇ ਇਹਨਾਂ ਦੇ ਧਰਮ ਸਪਤਨੀ
ਬੀਬੀ ਮਨਮੀਤ ਕੌਰ ਜਿਨ੍ਹਾਂ ਦੇ ਅੱਜ ਜਨਮ ਦਿਨ ਨੇ, ਸਤਿਗੁਰ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪਰਿਵਾਰ ਨੂੰ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ। ਸੋ ਅੱਜ ਦੇ ਇਹਨਾਂ ਸਮਾਗਮਾਂ ਵਿੱਚ ਭਾਈ ਪਰਮਿੰਦਰ ਸਿੰਘ ਜੀ ਬੱਬੂ ਸਟੂਡੀਓ ਵਾਲੇ, ਉਹ ਵੀ ਇੱਥੇ ਪਹੁੰਚੇ ਨੇ, ਸੁਖਮਨੀ ਸਟੂਡੀਓ ਜਿਨ੍ਹਾਂ ਦਾ, ਸੋ ਉਹਨਾਂ ਨੇ ਹੀ ਹੁਕਮ ਲਾਇਆ ਸੀ ਅੱਜ ਦੇ ਇਹਨਾਂ ਸਮਾਗਮਾਂ ਵਾਸਤੇ। ਸਤਿਗੁਰ ਕਿਰਪਾ ਕਰਨ ਸਭ ਨੂੰ ਚੜ੍ਹਦੀ ਕਲਾ ਨਾਮ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ। ਸੋ ਮੇਰੇ ਤੋਂ ਬਾਅਦ ਬੜੇ ਪਿਆਰ ਦੇ ਨਾਲ ਸਿੰਘ ਸਾਹਿਬ ਹੋਰੇ ਵੀ ਹਾਜ਼ਰੀਆਂ ਭਰ ਰਹੇ ਨੇ, ਗਿਆਨੀ ਬਲਵਿੰਦਰ ਸਿੰਘ ਜੀ, ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਨੂੰ ਸੋਧਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰਵਾਏ ਨੇ, ਅਤੇ ਹੁਣ ਕੀਰਤਨ ਤੋਂ ਬਾਅਦ ਉਹਨਾਂ ਨੇ ਵਿਚਾਰਾਂ ਵੀ ਆਪ ਜੀ ਦੇ ਨਾਲ ਗੁਰੂ ਕੀ ਕਥਾ ਵੀ ਕਰਨੀ ਹੈ। ਸੋ ਆਨੰਦ ਸਾਹਿਬ ਜੀ ਪਾਠ, ਠੀਕ ਹੈ, ਸਿੰਘ ਸਾਹਿਬ ਜੀ ਉਹਨਾਂ ਨੇ ਕਥਾ ਵਿਚਾਰ ਕਰਨੀ ਹੈ, ਔਰ ਉਪਰੰਤ ਗਿਆਨੀ ਕੁਲਵਿੰਦਰ ਸਿੰਘ ਜੀ ਅਰਦਾਸੀਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹ ਵੀ ਪਹੁੰਚੇ ਨੇ, ਉਹਨਾਂ ਨੇ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਕਰਨੀ ਹੈ ਅੱਜ ਦੇ ਇਸ ਸਮੇਂ 'ਤੇ। ਸੋ ਗਿਆਨੀ ਬਲਵਿੰਦਰ ਸਿੰਘ ਜੀ ਹੁਣ ਆਪ ਜੀ ਦੇ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਣਗੇ ਜੀ, ਬੜੇ ਪਿਆਰ ਨਾਲ ਇਸੇ ਤਰ੍ਹਾਂ ਗੁਰੂ ਕੀ ਵਿਚਾਰ ਗੁਰੂ ਕੀ ਕਥਾ ਦੇ ਨਾਲ ਜੁੜੀਏ। ਕੀਰਤਨ ਦੀ ਸਮਾਪਤੀ ਹੈ, ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀਮਨ ਗਾਰੇ, ਪਸ਼ ਪਸ਼ੂ ਨਗਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਭੁਖ ਤਹਿ ਜਲ ਮੈਂ ਥਲ ਮੈਂ, ਕਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗੋ ਜੁਗ ਅਟਲ, ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਤਿਕਾਰਯੋਗ ਭਾਈ ਸਾਹਿਬ ਭਾਈ ਜਤਿੰਦਰ ਪਾਲ ਸਿੰਘ ਜੀ, ਬੀਬੀ ਮਨਮੀਤ ਕੌਰ ਜੀ, ਬੇਟਾ ਮਨਰਾਜ ਸਿੰਘ, ਬੇਟੀ ਮਨਰੀਤ ਕੌਰ ਜੀ, ਸਮੁੱਚੇ ਹੀ ਪਰਿਵਾਰ ਵੱਲੋਂ
ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਪਣੇ ਗ੍ਰਹਿ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਿਆ ਕਰਕੇ ਆਪ ਸੰਗਤਾਂ ਦੇ ਮੁਬਾਰਕ ਚਰਨ ਪਵਾ ਕਰਕੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਦਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਬਹੁਤ ਹੀ ਭਾਵਪੂਰਤ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਭਾਈ ਸਾਹਿਬ ਜੀ ਆਪਾਂ ਨੂੰ ਇਹ ਸ਼ਬਦ, ਸਮੁੱਚੇ ਹੀ ਸ਼ਬਦ ਸਰਵਣ ਕਰਵਾ ਰਹੇ ਸਨ। ਸਾਧ ਸੰਗਤ ਜੀ, ਧੰਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਵਕਤ ਅਖੀਰਲੇ ਸਮੇਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਆਪਣੇ ਮੁਬਾਰਕ ਚਰਨ ਪਾਉਂਦੇ ਹਨ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਹੈ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਨ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਉਲਟੀ ਗੰਗ ਵਹਾਇਓਨ, ਗੁਰ ਅੰਗਦ ਸਿਰ ਉੱਪਰ ਧਾਰਾ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਪਾਵਨ ਧਰਤੀ 'ਤੇ ਨਿਤਨੇਮ ਦੀ ਮਰਯਾਦਾ ਬੰਨ੍ਹੀ। ਅੰਮ੍ਰਿਤ ਵੇਲੇ ਨਿਤਨੇਮ ਕਰਨਾ ਹੈ ਗੁਰਸਿੱਖ ਨੇ, ਸ਼ਾਮ ਦੇ ਵਕਤ ਨਿਤਨੇਮ ਕਰਨਾ ਹੈ, ਫਿਰ ਸੌਣ ਲੱਗਿਆਂ ਨਿਤਨੇਮ ਕਰਨਾ ਹੈ। ਔਰ ਸਾਧ ਸੰਗਤ ਜੀ, ਇੱਥੇ ਇੱਕ ਬੜੀ ਸੁੰਦਰ ਘਟਨਾ ਵਾਪਰਦੀ ਹੈ। ਇੱਕ ਅਯਾਲੀ ਜੋ ਕਿ ਜੰਗਲ ਦੇ ਵਿੱਚ ਭੇਡਾਂ ਬੱਕਰੀਆਂ ਚਾਰਦਾ ਹੈ, ਨਾਲ ਦੀ ਨਾਲ ਉਹ ਉਸਦਾ ਨਿਤਨੇਮ ਦਾ ਸਮਾਂ ਹੋ ਜਾਂਦਾ ਹੈ, ਔਰ ਨਾਲ ਦੀ ਨਾਲ ਉਹ ਸੋਹਿਲਾ ਸਾਹਿਬ ਜੀ ਦਾ ਜਾਪ ਕਰਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਸੋਹਿਲਾ ਸਾਹਿਬ ਦੇ ਤਿੰਨ ਸ਼ਬਦ ਸਨ। ਬਾਅਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਅਤੇ ਇੱਕ ਆਪਣਾ ਉਚਾਰਨ ਕੀਤਾ ਹੋਇਆ ਸ਼ਾਮਿਲ ਕੀਤਾ। ਕੁੱਲ ਪੰਜ ਸ਼ਬਦ ਹਨ ਹੁਣ ਸੋਹਿਲਾ ਸਾਹਿਬ ਦੇ ਵਿੱਚ। ਤੋ ਉਹ ਗੁਰਮੁਖ ਪਿਆਰਾ ਨਾਲੇ ਤਾਂ ਆਪਣੀ ਕਿਰਤ ਕਰੀ ਜਾਂਦਾ ਹੈ ਅਤੇ ਨਾਲੇ ਉਹ ਸੋਹਿਲਾ ਸਾਹਿਬ ਦਾ ਜਾਪ ਕਰੀ ਜਾਂਦਾ ਹੈ, ਬੜਾ ਲੀਨ ਹੋ ਕੇ ਬਾਣੀ ਪੜ੍ਹ ਰਿਹਾ ਹੈ। ਜਿਵੇਂ ਭਾਈ ਸਾਹਿਬ ਜੀ ਆਪਾਂ ਨੂੰ ਸਰਵਣ ਕਰਵਾ ਰਹੇ ਸਨ ਨਾ,
ਵਾਕਿਆ ਹੀ ਸਾਧ ਸੰਗਤ ਜੀ ਜਿਹੜੇ ਬਾਣੀ ਲੀਨ ਹੋ ਕੇ ਪੜ੍ਹਦੇ ਹਨ, ਇਹ ਕੇਵਲ ਕਹਿਣ ਦੀ ਗੱਲ ਨਹੀਂ ਹੈ, ਸਤਿਗੁਰੂ ਪਿਆਰਾ ਉਹਨਾਂ ਦੇ ਵਾਕਿਆ ਹੀ ਨਾਲ ਹੀ ਹੁੰਦਾ ਹੈ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਵਯੰਭਵ ਸੁਭੰ ਸਰਬਦਾ ਸਰਬ ਜੁਗਤੇ, ਦੁਕਾਲੰ ਪਰਨਾਸੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸ਼੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਅਚਾਨਕ ਕੀ ਦੇਖਿਆ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਖੂਨ ਸਿੰਮ ਰਿਹਾ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਇਹ ਕੀ ਭਾਣਾ ਵਾਪਰ ਰਿਹਾ ਹੈ? ਆਪ ਜੀ ਸਿੰਘਾਸਨ ਦੇ ਉੱਪਰ ਸਿੰਮ ਰਿਹਾ ਹੈ। ਸਤਿਗੁਰੂ ਜੀ ਆਖਣ ਲੱਗੇ ਵੀ ਇੱਕ ਸਾਡਾ ਪਿਆਰਾ ਨਾਲੇ ਆਪਣੀ ਕਿਰਤ ਕਰ ਰਿਹਾ ਹੈ, ਭੇਡਾਂ ਬੱਕਰੀਆਂ ਚਾਰ ਰਿਹਾ ਹੈ, ਅਤੇ ਨਾਲੇ ਉਹ ਲੀਨ ਹੋ ਕੇ ਬਾਣੀ ਪੜ੍ਹ ਰਿਹਾ ਹੈ। ਔਰ ਜਦੋਂ ਬਾਣੀ ਪੜ੍ਹਦਿਆਂ ਉਹਦੇ ਪੈਰਾਂ ਦੇ ਵਿੱਚ ਜਿਹੜਾ ਭਖੜਾ ਵੱਜਦਾ ਹੈ, ਕੰਡੇ ਵੱਜਦੇ ਹਨ, ਉਹਨੇ ਤਾਂ ਸਾਡੇ ਚਰਨਾਂ ਦਾ ਧਿਆਨ ਧਰਿਆ ਹੋਇਆ ਹੈ। ਉਹ ਭਖੜਾ, ਉਹ ਕੰਡੇ ਉਹਦੇ ਪੈਰਾਂ ਵਿੱਚ ਨਹੀਂ ਵੱਜਦੇ ਹਨ, ਉਹ ਸਾਡੇ ਚਰਨਾਂ ਦੇ ਵਿੱਚ ਵੱਜ ਰਹੇ ਹਨ। ਸਤਿਗੁਰੂ ਇੰਨਾ ਨੇੜੇ ਹੁੰਦਾ ਹੈ ਗੁਰਸਿੱਖ ਦੇ, ਸਤਿਗੁਰੂ ਇਸ ਤਰ੍ਹਾਂ ਆਪਣੇ ਗੁਰਸਿੱਖ ਦੇ ਹਮੇਸ਼ਾ ਨਾਲ ਹੁੰਦਾ ਹੈ। ਗੁਰਸਿੱਖ ਦੇ ਮਨ ਦੀ ਇੱਛਾ ਹੁੰਦੀ ਹੈ ਵੀ ਕਿਧਰੇ ਸਤਿਗੁਰੂ ਦੀ ਮੈਨੂੰ ਝਲਕ ਮਿਲ ਜਾਵੇ, ਪਰ ਸੱਚਾਈ ਇਹ ਹੈ ਵੀ ਗੁਰੂ ਆਪਣੇ ਸਿੱਖ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਦਾ ਹੈ, ਕਦੇ ਵੀ ਦੂਰ ਨਹੀਂ ਹੋਇਆ ਕਰਦਾ ਹੈ। ਸਤਿ ਸੰਗਤ ਜੀ, ਵਿਦਵਾਨ ਮਹਾਂਪੁਰਸ਼ਾਂ ਨੇ ਇੱਕ ਗਾਥਾ ਦਾ ਜ਼ਿਕਰ ਕੀਤਾ ਹੈ। ਸਮੁੰਦਰ ਦੇ ਕੰਢੇ ਕੰਢੇ 'ਤੇ ਇੱਕ ਪ੍ਰੇਮੀ ਜੋ ਸੀ ਉਹ ਚੱਲ ਰਿਹਾ ਸੀ ਮਾਲਕ ਦੀ ਯਾਦ ਵਿੱਚ, ਪਰਮੇਸ਼ਰ ਦੀ ਯਾਦ ਵਿੱਚ। ਉਸਨੇ ਪਿੱਛੇ ਭੌਂ ਕੇ ਦੇਖਿਆ ਤਾਂ ਉਹਦੇ ਪੈਰਾਂ ਦੇ ਨਿਸ਼ਾਨਾਂ ਦੇ ਨਾਲ ਇੱਕ ਹੋਰ ਪੈਰਾਂ ਦੇ ਨਿਸ਼ਾਨ ਸਨ। ਉਹਨੇ ਆਖਿਆ, ਮਨ ਦੇ ਵਿੱਚ ਫੁਰਨਾ ਬਣਿਆ ਵੀ ਇਹ ਤਾਂ ਮੇਰੇ ਪੈਰਾਂ ਦੇ ਨਿਸ਼ਾਨ ਹਨ, ਆਹ ਪਿੱਛੇ ਕਿਸਦੇ ਪੈਰਾਂ ਦੇ ਨਿਸ਼ਾਨ ਹਨ? ਉਸੇ ਵਕਤ ਆਕਾਸ਼ ਬਾਣੀ ਹੋਈ, ਆਖਣ ਲੱਗੇ, ਤੂੰ ਮੈਨੂੰ ਪਿਆਰ ਦੇ ਨਾਲ ਯਾਦ ਕਰ ਰਿਹਾ ਸੀ, ਇਹ ਮੇਰੇ ਪੈਰਾਂ ਦੇ ਨਿਸ਼ਾਨ ਹਨ, ਪਰਮੇਸ਼ਰ ਆਖਣ ਲੱਗਾ। ਕਿਉਂਕਿ ਰਸਕ ਪੁਰਸ਼ਾਂ ਨੇ ਬਚਨ ਲਿਖੇ ਹਨ ਕਿ ਜਿਹੜੇ ਰੱਬ ਦੇ ਪਿਆਰਿਆਂ ਦਾ ਪਹਿਲਾ ਮਿਲਾਪ ਹੁੰਦਾ ਹੈ ਨਾ, ਉਹਦੇ ਵਿੱਚ ਦਿਖਾਈ ਕੁਝ ਨਹੀਂ ਦਿੰਦਾ, ਬਸ ਮਸਤੀ ਚੜ੍ਹਦੀ ਹੈ, ਸਰੂਰ ਚੜ੍ਹਦਾ ਹੈ, ਰਸ ਆਉਂਦਾ ਹੈ, ਆਨੰਦ ਆਉਂਦਾ ਹੈ। ਇਹਨੂੰ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਸੇਜੈ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾ ਸੋ ਕਹੋ ਰੇ। ਕਿਉਂਕਿ ਦੇਖਣ ਦੀ ਅਜੇ ਉਹਦੀ ਯੋਗਤਾ ਨਹੀਂ ਹੋਇਆ ਕਰਦੀ ਹੈ, ਇਹਨੂੰ ਪਹਿਲਾ ਦਰਸ਼ਨ ਮੰਨਿਆ ਹੈ ਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ, ਵੀ ਦਿਖਾਈ ਕੱਖ ਨਹੀਂ ਪੈਂਦਾ, ਪਰ ਮਹਿਸੂਸ ਹੁੰਦਾ ਹੈ, ਪ੍ਰਤੀਤ ਹੁੰਦਾ ਹੈ ਵੀ ਵਾਕਿਆ ਹੀ ਕੋਈ ਮੇਰੇ ਨਾਲ ਹੈ।
ਇਸ ਤਰ੍ਹਾਂ ਸਾਧ ਸੰਗਤ ਜੀ ਉਹਨੇ ਪਿੱਛੇ ਭੌਂ ਕੇ ਦੇਖਿਆ, ਪੈਰਾਂ ਦੇ ਨਿਸ਼ਾਨ ਦੇਖ ਕੇ ਫੁਰਨਾ ਬਣਿਆ ਵੀ ਇਹ ਕਿਸ ਦੇ ਪੈਰਾਂ ਦੇ ਨਿਸ਼ਾਨ ਹਨ। ਪਰਮੇਸ਼ਰ ਨੇ ਆਖਿਆ ਵੀ ਮੈਂ ਤੇਰੇ ਨਾਲ ਹੈ, ਮੇਰੇ ਪੈਰਾਂ ਦੇ ਨਿਸ਼ਾਨ ਹਨ। ਬੜੀ ਪ੍ਰਸੰਨਤਾ ਹੋਈ ਵੀ ਵਾਕਿਆ ਪਹਿਲਾਂ ਤਾਂ ਸੁਣਦੇ ਹੀ ਸੀ, ਅੱਜ ਇਹ ਦੇਖ ਲਿਆ ਹੈ ਵੀ ਵਾਕਿਆ ਹੀ ਪਰਮੇਸ਼ਰ ਮੇਰੇ ਨਾਲ ਹੀ ਹੈ, ਕਦਮ ਦੇ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਅਚਾਨਕ ਕੀ ਹੋਇਆ ਕਿ ਇੱਕ ਸਮੁੰਦਰ ਦੇ ਵਿੱਚੋਂ ਬਹੁਤ ਵੱਡੀ ਲਹਿਰ ਆਈ। ਉਹਨੂੰ ਪਤਾ ਹੀ ਨਾ ਚੱਲਿਆ ਵੀ ਕਦੋਂ ਉਸ ਲਹਿਰ ਦੇ ਵਿੱਚੋਂ ਭਵਾਂਟਣੀਆਂ ਖਾਣ ਲੱਗ ਪਿਆ। ਉਹਨੂੰ ਇੰਜ ਲੱਗਾ ਵੀ ਹੁਣ ਮੈਂ ਸ਼ਾਇਦ ਖਤਮ ਹੀ ਹੋ ਗਿਆ ਹਾਂ। ਸੱਚੀ ਮੁੱਚੀ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਹੈ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਜਦ ਲਹਿਰਾਂ ਉੱਠਦੀਆਂ ਹਨ ਨਾ, ਇਹਨੂੰ ਭਗਤਾਂ ਨੇ ਫਰਮਾਇਆ ਹੈ, ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ, ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਫਿਰ ਬੰਦੇ ਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ ਹੈ, ਬਸ ਜਿਹਦੇ ਉੱਪਰ ਗੁਰਪੂਰੇ ਦਾ ਹੱਥ ਹੁੰਦਾ ਹੈ ਨਾ, ਉਹੀ ਬਚ ਸਕਦਾ ਹੈ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਆਖਣ ਲੱਗਾ ਵੀ ਹੁਣ ਮੈਂ ਸ਼ਾਇਦ ਖਤਮ ਹੀ ਹੋ ਗਿਆ ਹਾਂ, ਪਰ ਥੋੜ੍ਹੇ ਸਮੇਂ ਦੇ ਵਿੱਚ ਉਹਨੇ ਦੇਖਿਆ ਵੀ ਮੈਂ ਖਤਮ ਨਹੀਂ ਹੋਇਆ, ਮੈਂ ਜਿਉਂਦਾ ਹਾਂ। ਫਿਰ ਉਹਨੇ ਦੇਖਿਆ, ਪਿੱਛੇ ਭੌਂ ਕੇ ਦੇਖਿਆ, ਪਰ ਹੁਣ ਜ਼ਮੀਨ ਦੇ ਉੱਪਰ ਕੇਵਲ ਇੱਕ ਹੀ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਸਨ। ਆਖਣ ਲੱਗਾ ਬੜਾ ਹੈਰਾਨਗੀ ਦੇ ਨਾਲ ਵੀ ਮੈਂ ਸੁਣਿਆ ਸੀ ਵੀ ਲੋਕ ਜਿਹੜੇ ਹਨ ਉਹਨਾਂ ਦੀ ਪ੍ਰਤੀਤ ਝੂਠੀ ਪ੍ਰਤੀਤ ਪ੍ਰੀਤ ਹੈ ਸੰਸਾਰ ਦੇ ਲੋਕਾਂ ਦੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਫਰਮਾਉਂਦੇ ਹਨ ਨਾ, ਫਰਜ਼ ਨਿਭਾਉਣੇ ਹੋਰ ਗੱਲ ਹੁੰਦੀ ਹੈ, ਇਹਨਾਂ ਦੇ ਮੋਹ ਦੇ ਵਿੱਚ ਗ੍ਰਸਤ ਹੋ ਜਾਣਾ ਹੋਰ ਗੱਲ ਹੁੰਦੀ ਹੈ। ਫਰਜ਼ ਸਭ ਨੂੰ ਨਿਭਾਉਣੇ ਚਾਹੀਦੇ ਹਨ, ਪਰ ਨਾਲ ਆਪਣਾ ਨਿਤਨੇਮ ਨਾ ਛੱਡੇ, ਬਾਣੀ ਪੜ੍ਹਨੀ ਨਾ ਛੱਡੇ, ਸਿਮਰਨ ਕਰਨਾ ਨਾ ਛੱਡੇ, ਸੇਵਾ ਸਿਮਰਨ ਕਰਨਾ ਪਰਉਪਕਾਰ ਦੇ ਕਾਰਜ ਨਾ ਛੱਡੇ, ਨਾਲ ਇਹ ਵੀ ਕਰਦਾ ਰਹੇ। ਆਖਿਆ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੀ ਸੁੱਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ ਹੈ, ਹਿਤ ਸਿਉਂ ਬਾਂਧਿਓ ਚੂਈ ਚੀਤ, ਅੰਤ ਕਾਲ ਸੰਗੀ ਨੈ ਕੋ, ਇਹ ਅਚਰਜ ਹੈ ਰੀਤ, ਮਨ ਮੂਰਖ ਅਜਹੂ ਨੈ ਸਮਝਤ, ਸਿੱਖ ਦੈ ਹਾਰਿਓ ਨੀਤ, ਨਾਨਕ ਭਉ ਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਔਰ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਜਦ ਭੀੜ ਦਾ ਸਮਾਂ ਬਣਦਾ ਹੈ, ਲੋਕ ਕਥਾ ਵੀ ਹੈ ਵੀ ਸੁੱਖਾਂ ਵੇਲੇ ਸਾਰੀ ਦੁਨੀਆ ਲਾਗੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ, ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੇ,
ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਵ। ਕਹਿੰਦੇ ਸਾਰੇ ਭੱਜ ਜਾਂਦੇ ਹਨ, ਪਰ ਗੁਰੂ ਅਤੇ ਸਿੱਖ ਦੀ ਪ੍ਰੀਤ ਜਿਹੜੀ ਹੁੰਦੀ ਹੈ ਨਾ, ਤੋੜ ਨਿਭਦੀ ਹੈ। ਇਹਦਾ ਕਾਰਨ ਕੀ ਹੈ? ਸਿੱਖ ਦੇ ਅੰਦਰ ਪਿਆਰ ਹੁੰਦਾ ਹੈ ਇੱਕ ਬੂੰਦ ਜਿੰਨਾ, ਗੁਰੂ ਦੇ ਅੰਦਰ ਪਿਆਰ ਹੁੰਦਾ ਹੈ ਸਾਗਰ ਜਿੰਨਾ, ਇੰਨਾ ਜ਼ਿਆਦਾ ਪਿਆਰ ਕਰਦਾ ਹੈ। ਸਿੱਖ ਇੱਕ ਕਦਮ ਚੱਲਦਾ ਹੈ, ਗੁਰੂ ਉਹਦੇ ਵੱਲ ਕਰੋੜਾਂ ਕਦਮ ਚੱਲ ਕੇ ਆ ਜਾਂਦਾ ਹੈ, ਤਾਂ ਓੜਕ ਨਿਭ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਹੈ ਨਾ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨਿਹੋ ਕਵਲ ਜਲ ਜਾਣੀਐ ਖਿੜ ਮੋਹ ਵੇਖਾਲੇ, ਮੋਰ ਬਰਵੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲੇ। ਤੋੜ ਤੱਕ ਨਿਭਦੀ ਹੈ, ਓੜਕ ਤਬ ਨਿਭਦੀ ਹੈ, ਸੇਵਕ ਕੀ ਓੜਕ ਨਿਭ ਹੀ ਪ੍ਰੀਤ। ਇਹਦਾ ਕਾਰਨ ਇਹੀ ਹੈ ਵੀ ਸਿੱਖ ਦੇ ਅੰਦਰ ਕੇਵਲ ਬੂੰਦ ਜਿੰਨਾ ਪਿਆਰ ਹੁੰਦਾ ਹੈ, ਗੁਰੂ ਦੇ ਵਿੱਚ ਸਮੁੰਦਰ ਜਿੰਨਾ ਪਿਆਰ ਹੁੰਦਾ ਹੈ, ਇੰਨਾ ਜ਼ਿਆਦਾ ਹੁੰਦਾ ਹੈ, ਡੋਲਣ ਨਹੀਂ ਦਿੰਦਾ ਹੈ। ਗੁਰੂ ਸਿੱਖ ਨੂੰ ਹਮੇਸ਼ਾ ਸਹਾਰਾ ਦਿੰਦਾ ਹੈ, ਪੈਗਾਮ ਦਿੰਦਾ ਰਹਿੰਦਾ ਹੈ, ਇਸ਼ਾਰੇ ਦਿੰਦਾ ਰਹਿੰਦਾ ਹੈ, ਨਾਲ ਚੱਲਦਾ ਰਹਿੰਦਾ ਹੈ। ਆਖਣ ਲੱਗੇ ਵੀ ਮੈਂ ਸੁਣਿਆ ਸੀ, ਉਹ ਪ੍ਰੇਮੀ ਆਖਣ ਲੱਗਾ ਵੀ ਔਖੀ ਵੇਲੇ ਸਾਰੇ ਭੱਜ ਜਾਂਦੇ ਹਨ, ਐ ਪਰਮੇਸ਼ਰ ਮੈਂ ਇਹਨਾਂ ਭੀੜ ਦਾ ਸਮਾਂ ਬਣਿਆ ਲਹਿਰ ਆਈ, ਅੱਜ ਤੂੰ ਵੀ ਦੌੜ ਗਿਆ, ਤੂੰ ਵੀ ਭੱਜ ਗਿਆ ਅੱਜ। ਕਿਉਂਕਿ ਪਹਿਲਾਂ ਦੋ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਸਨ, ਹੁਣ ਇੱਕ ਵਿਅਕਤੀ ਦੇ ਪੈਰ ਦੇ ਮੇਰੇ ਪੈਰਾਂ ਦੇ ਨਿਸ਼ਾਨ ਹਨ। ਉਸੇ ਵਕਤ ਆਕਾਸ਼ ਬਾਣੀ ਹੋਈ, ਆਖਣ ਲੱਗੇ ਨਹੀਂ ਪ੍ਰੇਮੀਆਂ, ਸਾਰੀ ਦੁਨੀਆ ਭੱਜ ਸਕਦੀ ਹੈ, ਮੈਂ ਨਹੀਂ ਭੱਜ ਸਕਦਾ ਹਾਂ। ਅਸਲ ਵਿੱਚ ਇਹ ਤੇਰੇ ਪੈਰਾਂ ਦੇ ਨਿਸ਼ਾਨ ਨਹੀਂ, ਇਹ ਮੇਰੇ ਪੈਰਾਂ ਦੇ ਨਿਸ਼ਾਨ ਹਨ। ਕਿਉਂਕਿ ਜਦ ਲਹਿਰ ਆਈ ਸੀ ਨਾ ਉੱਚੀ, ਉਦੋਂ ਤੇਰੇ ਪੈਰ ਤਾਂ ਧਰਤੀ ਤੋਂ ਚੁੱਕੇ ਗਏ ਸਨ, ਉਦੋਂ ਮੈਂ ਤੈਨੂੰ ਆਪਣੀ ਗੋਦੀ ਦੇ ਵਿੱਚ ਚੁੱਕ ਲਿਆ ਸੀ, ਇਹ ਮੇਰੇ ਪੈਰਾਂ ਦੇ ਨਿਸ਼ਾਨ ਹਨ। ਸੋ ਸਾਧ ਸੰਗਤ ਜੀ, ਇਹ ਸੱਚਾਈ ਹੈ। ਦਾਸ ਜ਼ਿਆਦਾ ਸਮਾਂ ਨਾ ਲਵੇ, ਜਿਹੜਾ ਭਾਈ ਸਾਹਿਬ ਜੀ ਨੇ ਸ਼ਬਦ ਆਪਾਂ ਨੂੰ ਸਰਵਣ ਕਰਵਾਇਆ, ਦਾਸ ਨੇ ਉਸੇ ਆਧਾਰ 'ਤੇ ਵਿਚਾਰ ਆਪ ਜੀ ਦੇ ਸਨਮੁੱਖ ਰੱਖੀ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਏ। ਵਾਕਿਆ ਗੁਰੂ ਸਿੱਖ ਦੇ ਹਮੇਸ਼ਾ ਹੀ ਨਾਲ ਹੀ ਹੁੰਦਾ ਹੈ, ਐਸੀ ਸਾਡੀ ਸਾਰਿਆਂ ਦੀ ਭਾਵਨਾ ਬਣੇ। ਸਮੂਹ ਸੰਗਤ, ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਸਾਡੇ ਸਤਿਕਾਰਯੋਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅਰਦਾਸੀਏ ਸਿੰਘ ਗਿਆਨੀ ਕੁਲਵਿੰਦਰ ਸਿੰਘ ਜੀ, ਉਹਨਾਂ ਨੇ ਅਰਦਾਸ ਦੀ ਸੇਵਾ ਨਿਭਾਉਣੀ ਹੈ। ਪਰ ਇਸ ਤਰ੍ਹਾਂ ਗੁਰੂ ਕੇ ਕੀਰਤਨੀਆਂ ਸਿੰਘਾਂ ਨੇ ਰਸਮਈ ਕੀਰਤਨ ਆਪਾਂ ਨੂੰ ਸਰਵਣ ਕਰਵਾਇਆ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭ ਨਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦਾ ਸਿਫ ਸਲਾ ਤੇਰੀ ਨਾਮ ਮਨ ਵਸਾਵੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਕਰ ਸਾਂ ਸੁਖ ਮਨਿਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਕਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਹਰ ਕਰਮ ਪਾਇਆ ਤੁਮ ਜਿਨ ਕੋ ਸੇ ਨਾਮ ਹਰ ਕੇ ਲਾਗੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣ ਕੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਲਖਿਆ ਪਰ ਪੂਰੇ ਚਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਗਤ ਚੰਗਿਆਈਆ ਬੁਰਿਆਈਆ ਵਾਚਾ ਧਰਮਿਆ ਦੂਰ ਜਿਨੇ ਨਾਮ ਧਿਆਇਆ ਗਏ ਸਖਤ ਕਾਲ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਸਖਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਾਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ
ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸੁਹਾਇ, ਅਰਜੁਨ ਹਰ ਗੋਬਿੰਦ ਨੂੰ ਸਿਮਰਉ, ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰਿਆਇ, ਘਰ ਨੌ ਨਿਧਿਆਵੈ ਧਾਇ, ਸਭ ਥਾਈ ਹੋਇ ਸੁਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਇ ਸੁਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤਾ ਵਣਕਾ ਸਦਕਾ ਸਰਬ ਸੁਖ ਹੋਵਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ,
ਨਿਉਟਿਆਂ ਦੀ ਓਟਨਿਆ ਸਰਿਆਂ ਦਾ ਆਸਰਾ ਕਰਨ ਕਾਰਨ ਪਤ ਪਾਵਨ ਕਿਰਪਾ ਨਿਧਾਨ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਮੂਹ ਸੰਗਤ ਦੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਪਵਿੱਤਰ ਮਾਂ ਵਾਕ ਹੈ ਸੇਵਾ ਮੰਗਾ ਸੇਵਕ ਲਾਈਆ ਆਪਣੀ ਸੇਵਾ ਸਾਧੂ ਸੰਗ ਮਸਕਤਾ ਤੂਠਾ ਪਾਵਾ ਦੇਵ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਦ ਭਾਵੈ ਜਿਸ ਨੂੰ ਤੂੰ ਰੰਗ ਧਰਤਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ ਹਰ ਦੀਜੇ ਨਾਮ ਪਿਆਰੀ ਜੀਓ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰੇ ਟੱਲੀਏ ਦਰ ਘਰ ਦੇ ਪ੍ਰੀਤਵਾਨ ਸਰਦਾਰ ਜਤਿੰਦਰਪਾਲ ਸਿੰਘ ਜੀ ਸਰਦਾਰਨੀ ਮਨਮੀਤ ਕੌਰ ਜੀ ਅਤੇ ਉਹਨਾਂ ਦੇ ਵਰਖਰਦਾਰ ਸਪੁੱਤਰ ਬੇਟਾ ਮਨਰਾਜ ਸਿੰਘ ਅਤੇ ਸਪੁੱਤਰੀ ਬੱਚੀ ਮਨਮੀਤ ਮਨਰੀਤ ਕੌਰ ਜੀ ਦਾਤਾਰ ਪਿਤਾ ਜੀਓ ਬੀਬੀ ਮਨਮੀਤ ਕੌਰ ਅਤੇ ਬੱਚੀ ਮਨਰੀਤ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਜੀ ਦਾ ਕੁਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਸ਼ਾਮ ਤੋਂ ਆਪ ਜੀ ਦੇ ਮੁਬਾਰਕ ਚਰਨ ਪਰਸਦਿਆਂ ਸਮੂਹ ਪਰਿਵਾਰ ਨੇ ਆਪ ਜੀ ਦੀਆਂ ਖੁਸ਼ੀਆਂ ਰਹਿਮਤਾਂ ਅਸੀਸਾਂ ਪ੍ਰਾਪਤ ਕਰਨ ਵਾਸਤੇ ਦੀਵਾਨ ਸਜਾਏ ਸਜੇ ਦੀਵਾਨ ਅੰਦਰ ਪਾਵਨ ਗੁਰਬਾਣੀ ਸੋਦਾਰ ਰਹਿਰਾ ਸਾਹਿਬ ਜੀ ਦੇ ਜਾਪ ਉਪਰੰਤ ਅਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਹੋਇਆ ਹੈ ਸਨਮਾਨਯੋਗ ਸਿੰਘ ਸਾਹਿਬ ਜੀ ਵੱਲੋਂ ਗੁਰਮਤ ਵਿਚਾਰਾਂ ਪਾ ਕੇ ਸਾਂਝ ਪਾ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਦਇਆ ਕਰਨੀ ਤਰਸ ਕਰਨਾ ਸਮੁੱਚੇ ਹੀ ਪਰਿਵਾਰ ਦੇ ਸੀਸ ਦੇ ਉੱਤੇ ਮੇਰਾ ਭਰਿਆ ਹੱਥ ਰੱਖਣਾ ਸਮੁੱਚੇ ਪਰਿਵਾਰ ਅੰਦਰ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ ਕਾਕਾ ਮਨਰਾਜ ਸਿੰਘ ਬੱਚੀ ਮਨਰੀਤ ਕੌਰ ਜੀ ਨੂੰ ਪ੍ਰੋਫੈਸ਼ਨ ਵਿੱਚ ਤਰੱਕੀਆਂ ਉੱਚਾ ਸੁੱਚਾ ਜੀਵਨ ਧਰਮ ਕੌਮ ਪੰਥ ਦੇ ਵਫਾਦਾਰ ਹੋਣ ਦਾ ਮਾਣ ਬਖਸ਼ਣਾ
ਸੇਵਕ ਪਰਿਵਾਰ ਦੇ ਕਾਰਜਾਂ ਵਿੱਚ ਕਾਰੋਬਾਰਾਂ ਵਿੱਚ ਆਪ ਜੀ ਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਦੁਕਾਲ ਪ੍ਰਣਾਸੀ ਦਇਆਲ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਭੂਤੇ ਵਾਲੀਆਂ ਰਹਿਮਤਾਂ ਵਰਤਾਉਣੀਆਂ ਦਰੋਂ ਘਰੋਂ ਸੰਸਾਰ ਵਿੱਚ ਮਾਣ ਤਾਣ ਇੱਜ਼ਤ ਪਤ ਬਖਸ਼ਿਸ਼ ਕਰਨੀ। ਆਈ ਹੋਈ ਸਮੂਹ ਸੰਗਤ ਦੀ ਹਾਜ਼ਰੀ ਹਿਲ ਹੁਲ ਭੇਟਾਵਾਂ ਦਰ ਤੇ ਕਬੂਲ ਕਰਨੀਆਂ। ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ। ਆਪ ਜੀ ਦੇ ਹਜ਼ੂਰਾ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੇ। ਬਖਸ਼ੀਆਂ ਦਾਤਾਂ ਖਜ਼ਾਨਿਆਂ ਵਿੱਚੋਂ ਕੜਾਹਾ ਪ੍ਰਸ਼ਾਦੀ ਦੇ ਗੱਤੇ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪਰਿਵਾਰ ਹੋਇਆ ਪ੍ਰਸ਼ਾਦ ਲੰਗਰ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਆਪਣੇ ਪਾਵਨ ਅਲਾਹੀ ਫਰਮਾਨ ਬਖਸ਼ਿਸ਼ ਕਰੋ। ਸਮੂਹ ਪਰਿਵਾਰ ਦਾਸਰਿਆਂ ਸੰਗਤਾਂ ਨੂੰ ਨਿਹਾਲ 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 ਕਰੋ। ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ। ਬੋਲੇ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਨਿਰੰਜਨ ਜਾਣਿਆ ਕਿੰਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਮ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ।
ਇੱਕ ਜਿਹੀ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕਾ ਅਬ ਗੁਰ ਰਾਮਦਾਸ ਕਾ ਮਿਲੀ ਬਡਾਈ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਕਸਮ ਦੀ ਦੂਰੀ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਹਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ
ਤਿਨ ਸਾਧੂ ਚਰਨ ਨ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਕਾਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਵਿਸ਼ੇਸ਼ ਸਮਾਗਮ ਹੋ ਰਿਹਾ ਹੈ, ਮੈਂ ਉਸ ਸ਼ਖਸੀਅਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਚੰਦ ਲਾਈਨਾਂ ਦਾ ਗੀਤ ਤੁਹਾਡੀ ਸੇਵਾ ਵਿੱਚ ਭੇਟ ਕਰ ਰਿਹਾ ਹਾਂ। ਸਾਡੇ ਗੁਰਾਂ ਨੇ ਜਹਾਜ ਬਣਾਇਆ, ਆਓ ਜਿਨੇ ਪਾਰ ਲੰਘਣਾ। ਸਾਡੇ ਗੁਰਾਂ ਨੇ ਜਹਾਜ ਬਣਾਇਆ, ਆਓ ਜਿਨੇ ਪਾਰ ਲੰਘਣਾ, ਪਾਰ ਲੰਘਣਾ, ਪਾਰ
ਪਾਰ ਲੰਘਣਾ।